ਪ੍ਰਾਈਮ ਏਸ਼ੀਆ ਟੀ ਵੀ ਦੇ ਪ੍ਰਾਈਮ ਜ਼ਿੰਦਗੀ ਪ੍ਰੋਗਰਾਮ ਵਿੱਚ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਸਵਾਗਤ ਹੈ। ਨਾਜ਼ਰੀਨ, ਅੱਜ ਸਾਡੀ ਚਰਚਾ ਦਾ ਵਿਸ਼ਾ ਹੈ ਪੰਜਾਬੀ ਦਾ ਨਾਮਵਾਰ ਇਨਕਲਾਬੀ ਸ਼ਾਇਰ ਪਾਸ਼। ਆਪਣੀ ਲਾਸਾਨੀ ਪ੍ਰਤਿਭਾ ਦੇ ਜਲਾਓ ਨਾਲ ਜੱਗ ਮਗਾਉਂਦਾ ਅਤੇ ਸ਼ਾਇਰੀ ਦੇ ਆਕਾਸ਼ ਵਿੱਚ ਚਾਨਣ ਦੀ ਲੰਬੀ ਲੀਕ ਪਿੱਛੇ ਛੱਡ ਕੇ ਪਰ ਜਵਾਨੀ ਵਿੱਚ ਤੁਰ ਗਿਆ ਪਾਸ਼। ਸ਼ਹੀਦ ਆਜ਼ਮ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਣ ਵਾਲਾ ਪਾਸ਼ 9 ਸਤੰਬਰ 1950 ਨੂੰ ਪੈਦਾ ਹੋਇਆ ਅਤੇ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਉੱਤੇ ਉਹਦਾ ਛੋਟਾ ਭਰਾ ਬਣ ਕੇ 23 ਮਾਰਚ 1988 ਨੂੰ ਅੰਨੇ ਧਾਰਮਿਕ ਜਨੂੰਨ ਦੀ ਭੇਟ ਚੜ ਗਿਆ। ਨਾ ਕੋਈ ਭਗਤ ਸਿੰਘ ਨੂੰ ਮਾਰ ਸਕਿਆ ਹੈ ਅਤੇ ਨਾ ਹੀ ਪਾਸ਼ ਮਰਨ ਲੱਗਾ ਹੈ। ਉਹਦੀ ਕਵਿਤਾ ਉਦੋਂ ਵੀ ਬੋਲਦੀ ਸੀ, ਅੱਜ ਵੀ ਬੋਲਦੀ ਹੈ ਅਤੇ ਹਮੇਸ਼ਾ ਬੋਲਦੀ ਰਹੇਗੀ। ਸਰੀਰ ਨੂੰ ਕਤਲ ਕੀਤਾ ਜਾ ਸਕਦਾ ਹੈ ਪਰ ਕਵਿਤਾ ਨੂੰ ਕੌਣ ਮਾਰ ਸਕਦਾ ਹੈ? ਪਾਸ਼ ਜ਼ਿੰਦਗੀ ਦਾ ਆਸ਼ਕ ਸੀ। ਆਪਣੀ ਡਾਇਰੀ ਵਿੱਚ ਇੱਕ ਥਾਂ ਉਹ ਲਿਖਦਾ ਹੈ ਕਿ ਮੇਰੀ ਕਵਿਤਾ ਕਦੇ ਵੀ ਚੁੱਪ ਨਹੀਂ ਹੋਣੀ, ਮੇਰੀ ਕਵਿਤਾ ਬੜਾ ਚਿਰ ਜਿਉਂਦੀ ਰਹੇਗੀ ਕਿਉਂਕਿ ਇਹ ਸਮੁੱਚੀ ਜ਼ਿੰਦਗੀ ਨਾਲ ਇਸ਼ਕ ਦੀ ਕਵਿਤਾ ਹੈ। ਦੋਸਤੋ, ਪਾਸ਼ ਇੱਕ ਯੁੱਗ ਕਵੀ ਸੀ। ਯੁੱਗ ਕਵੀ ਉਹ ਹੁੰਦਾ ਹੈ ਜੋ ਆਪਣੇ ਦੌਰ ਦੇ ਕਾਵਿਕ ਆਕਾਸ਼ ਵਿੱਚ ਚੰਦਰਮਾ ਵਾਂਗ ਚਮਕ ਉੱਠਦਾ ਹੈ ਅਤੇ ਦੂਜੇ ਸ਼ਾਇਰ ਨਿੱਕੇ ਤਾਰਿਆਂ ਵਾਂਗ ਉਹਦੀ ਚਾਨਣੀ ਦੀ ਦੁਧੀਆ ਰੌਸ਼ਨੀ ਵਿੱਚ ਮੱਧਮ ਪੈ ਜਾਂਦੇ ਨੇ। ਯੁੱਗ ਕਵੀ ਜਿੱਥੇ ਵਿਚਾਰਧਾਰਕ ਤੌਰ ਦੇ ਉੱਤੇ ਨਵੇਂ ਰੰਗ ਲੈ ਕੇ ਆਉਂਦਾ ਹੈ, ਉੱਥੇ ਉਹ ਸ਼ਾਇਰੀ ਦਾ ਅਜਿਹਾ ਨਵਾਂ ਅਤੇ ਨਿਆਰਾ ਮੁਹਾਵਰਾ ਸਿਰਜਦਾ ਹੈ ਕਿ ਬਾਕੀ ਸ਼ਾਇਰ ਉਸ ਵਰਗਾ ਲਿਖਣਾ, ਉਸ ਵਰਗਾ ਬਣਨਾ ਆਪਣਾ ਮਾਣ ਸਮਝਣ ਲੱਗਦੇ ਨੇ। ਸੋ ਪਾਸ਼ ਅਜਿਹਾ ਸ਼ਾਇਰ ਹੀ ਸੀ ਜੀ। ਇਸ ਅਜ਼ੀਮ ਸ਼ਾਇਰ ਨੂੰ ਸਿਰਫ ਪੰਜਾਬੀ ਦਾ ਨਹੀਂ ਸਗੋਂ ਭਾਰਤ ਦਾ ਮਹਾਨ ਸ਼ਾਇਰ ਸਮਝਿਆ ਜਾਂਦਾ ਹੈ। ਪਾਸ਼ ਪੰਜਾਬੀ ਦਾ ਪਹਿਲਾ ਅਜਿਹਾ ਸ਼ਾਇਰ ਹੈ ਜਿਸ ਦੀ ਸ਼ਾਇਰੀ ਦਾ ਵੱਖ ਵੱਖ ਜ਼ੁਬਾਨਾਂ ਵਿੱਚ ਅਨੁਵਾਦ ਹੋਇਆ ਅਤੇ ਉਹ ਵੱਖ ਵੱਖ ਭਾਸ਼ਾਵਾਂ ਵਿੱਚ ਬੈਠੇ ਕਵਿਤਾ ਦੇ ਆਸ਼ਕਾਂ ਦੇ ਦਿਲਾਂ ਵਿੱਚ ਫੁੱਲ ਬਣ ਕੇ ਖਿੜਨ ਲੱਗ ਪਿਆ। ਪਾਸ਼ ਪਹਿਲਾ ਪੰਜਾਬੀ ਸ਼ਾਇਰ ਹੈ ਜਿਸਨੇ ਪੇਂਡੂ ਜੀਵਨ, ਖਾਸ ਕਰਕੇ ਟੁੱਟ ਰਹੀ ਅਤੇ ਖਿੰਗਰ ਹੋ ਰਹੀ ਕਿਸਾਨੀ ਨੂੰ ਆਪਣੀਆਂ ਕਵਿਤਾਵਾਂ ਵਿੱਚ ਚਿਤਰਿਆ ਹੈ। ਕਿਰਤੀ ਹੱਥਾਂ ਦੀ ਮਹਾਨਤਾ ਦਾ ਗੁਣਗਾਣ ਕਰਨਾ ਅਤੇ ਇਹਨਾਂ ਹੱਥਾਂ ਦਾ ਹਥਿਆਰਾਂ ਵਿੱਚ ਵੱਟਣਾ ਉਸਦੀ ਸ਼ਾਇਰੀ ਦੇ ਮੂਲ ਸੂਤਰ ਨੇ। ਔਰ ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਪਾਸ਼ ਦੇ ਜੀਵਨ ਪਿਛੋਕੜ 'ਤੇ ਝਾਤ ਮਾਰ ਲੈਣੀ ਚਾਹੀਦੀ ਹੈ। ਪਾਸ਼ ਦਾ ਜਨਮ ਪਿੰਡ ਤਲਵੰਡੀ ਸਲੇਮ, ਜ਼ਿਲ੍ਹਾ ਜਲੰਧਰ ਵਿੱਚ ਹੋਇਆ। ਮੇਜਰ ਸੋਹਣ ਸਿੰਘ ਸੰਧੂ ਦਾ ਪੁੱਤਰ ਪਾਸ਼ ਭਾਰਤ ਦੇ ਆਮ ਲੋਕਾਂ ਦੀ ਗਰੀਬੀ ਤੋਂ ਬਹੁਤ ਪ੍ਰਭਾਵਿਤ ਅਤੇ ਅੱਲੜ ਉਮਰ ਵਿੱਚ ਹੀ ਵਿਦਰੋਹੀ ਕਵਿਤਾ ਲਿਖਣ ਲੱਗਾ। ਉਸਦੀ ਜਵਾਨੀ ਦੇ ਦਿਨਾਂ ਵਿੱਚ ਪੰਜਾਬ ਦੇ ਵਿਦਿਆਰਥੀ, ਕਿਸਾਨ ਅਤੇ ਮਜ਼ਦੂਰ ਸਮੇਂ ਦੀ ਸਰਕਾਰ ਦੇ ਵਿਰੁੱਧ ਨਕਸਲਵਾੜੀ ਅੰਦੋਲਨ ਨਾਂ ਦਾ ਇੱਕ ਹਥਿਆਰਬੰਦ ਸੰਘਰਸ਼ ਲੜ ਰਹੇ ਸਨ। ਔਰ 1970ਵਿਆਂ ਦਾ ਸਮਾਂ ਪੰਜਾਬ ਦੀ ਰਾਜਨੀਤੀ ਵਿੱਚ ਜੁਝਾਰੂ ਯੁੱਗ ਵਜੋਂ ਵੀ ਜਾਣਿਆ ਜਾਂਦਾ ਹੈ। ਬਚਪਨ ਤੋਂ ਹੀ ਪਾਸ਼ ਸੰਵੇਦਨਸ਼ੀਲ ਬੱਚਾ ਸੀ। 6 ਸਾਲ ਦੀ ਉਮਰ ਵਿੱਚ ਉਸਨੂੰ ਗੁਆਂਢੀ ਪਿੰਡ ਖੀਵਾ ਵਿਖੇ ਪੜ੍ਹਨ ਲਾ ਦਿੱਤਾ, ਜਿੱਥੋਂ ਪਾਸ਼ ਨੇ 1964 ਵਿੱਚ 8ਵੀਂ ਦੀ ਪ੍ਰੀਖਿਆ ਪਾਸ ਕਰ ਲਈ। ਜਲੰਧਰ ਛਾਉਣੀ ਵਿੱਚ ਜੈਨ ਹਾਈ ਸਕੂਲ ਵਿੱਚ 9ਵੀਂ ਜਮਾਤ ਵਿੱਚ ਦਾਖਲ ਹੋ ਗਿਆ। ਦੋਸਤੋ, ਪਾਸ਼ ਦਾ ਅਸਲ ਅਤੇ ਪੂਰਾ ਨਾਂ ਅਵਤਾਰ ਸਿੰਘ ਸੰਧੂ ਸੀ। ਉਹਦਾ ਨਾਂ ਪਾਸ਼ ਹੋਣ ਪਿੱਛੇ ਵੀ ਇੱਕ ਰਹੱਸ ਲੁਕਿਆ ਹੋਇਆ ਹੈ। ਇੱਕ ਵਿਚਾਰ ਇਹ ਵੀ ਹੈ ਕਿ ਜੈਨ ਹਾਈ ਸਕੂਲ ਵਿੱਚ ਪੜ੍ਹਦਿਆਂ ਪਾਸ਼ ਦਾ ਇੱਕ ਪ੍ਰਵੇਸ਼ ਨਾਮ ਦੀ ਅਧਿਆਪਕਾ ਦੇ ਨਾਲ ਇੱਕ ਆਦਰਸ਼ਕ ਮੋਹ ਹੋ ਗਿਆ ਅਤੇ ਉਸਨੇ ਆਪਣਾ ਉਪਨਾਮ ਪਾਸ਼ ਇਸੇ ਅਧਿਆਪਕਾ ਦੇ ਨਾਮ ਦੇ ਪਹਿਲੇ ਅਤੇ ਆਖਰੀ ਅੱਖਰ ਨੂੰ ਜੋੜ ਕੇ ਬਣਾ ਲਿਆ। ਉਂਝ ਪਾਸ਼ ਸ਼ਬਦ ਫਾਰਸੀ ਭਾਸ਼ਾ ਦਾ ਹੈ ਅਤੇ ਇਸਦੇ ਅਰਥ ਛਿੜਕਣ ਵਾਲੇ ਜਾਂ ਫੈਲਾਉਣ ਵਾਲੇ ਨੇ। ਡਾਕਟਰ ਤੇਜਵੰਤ ਸਿੰਘ ਗਿੱਲ ਦਾ ਵਿਚਾਰ ਹੈ ਕਿ ਸ਼ੋਲੋ ਖੋਬ ਦੇ ਨਾਵਲ 'ਤੇ ਡਾਨ ਵਹਿੰਦਾ ਰਿਹਾ, ਉਹਦੇ ਨਾਇਕ ਪਾਸ਼ਾ ਨਾਲ ਪਾਸ਼ ਦਾ ਲੋਹੜੇ ਦਾ ਲਗਾਓ ਸੀ ਅਤੇ ਉਸ ਲਗਾਓ ਨੂੰ ਅਨੁਭਵ ਕਰਕੇ ਉਸਨੇ ਆਪਣਾ ਨਾਮ ਅਵਤਾਰ ਸਿੰਘ ਸੰਧੂ ਵਿੱਚ ਪਾਸ਼ ਵਿੱਚ ਅਲੋਪ ਕਰ ਲਿਆ। ਸੋ ਅਵਤਾਰ ਸਿੰਘ ਸੰਧੂ ਪਾਸ਼ ਬਣ ਗਿਆ। 1967 ਵਿੱਚ ਪਾਸ਼ ਬਾਰਡਰ ਸਿਕਿਉਰਿਟੀ ਫੋਰਸ ਵਿੱਚ ਭਰਤੀ ਹੋ ਗਿਆ, ਪਰ 3 ਮਹੀਨਿਆਂ ਵਿੱਚ ਇਹ ਨੌਕਰੀ ਛੱਡ ਆਇਆ। ਉਂਝ ਉਸਨੇ ਕਪੂਰਥਲੇ ਵਿੱਚ ਖੁੱਲ੍ਹੇ ਤਕਨੀਕੀ ਸਕੂਲ ਵਿੱਚ ਵੀ ਦਾਖਲਾ ਲੈ ਲਿਆ ਸੀ।
पर पाश ने डिप्लोमा पास नहीं किया तो उसकी खब्बे पक्खी राजनीतिक कारकुनां दे नाल मेलजोल की शुरुआत हो गई। तो उस तो बाद ही पाश की जिंदगी ने नवा रुख लिया। इस वक्फे तो बाद तुहाडा स्वागत है जी। पाश बारे गलबात चल रही सी। 1976 एक बार पाश ने पढ़ाई शुरू कर दिती। उसने 10वीं अते ज्ञानी की प्रीख्या पास कर ली। ईवनिंग कॉलेज जलंधर तो BA भाग पहला भी पास कर ली। तो 1978 पाश ने JBT जंडियाली शुरू की, पर पास की शेखूपुरे कपूरथला तो। पाश अपनियां चिट्ठियां विच एक कुड़ी नाल अपने प्यार की गल भी करता है, तो उस दियां कवितावां विच भी इस प्यार के चिलकारे मिलते हैं। पर जून 1978 नूं पाश दा विआह मापिआं दी मर्जी अते समाजिक बंधना अनुसार राजविंदर कौर नाल हो गया। 1968 विच नक्सलबाड़ी लहर पंजाब विच जोर फड़न लगी। इस समय पाश दी उम्र 18 साल दी सी, ते उसदा नां इस लहर नाल जुड़ गया। या इउं भी कहा जा सकदा है कि पाश नक्सलबाड़ी लहर विच शामिल हो गया। नक्सलबाड़ी लहर नाल जुड़न दा भाव सी कि मार्क्सवाद नाल सहमत होना या मार्क्सवाद तो प्रभावित होना। दोस्तों उस वेले रूस अते चीन दा समाजवादी इनकलाब दुनिया नू प्रेरित अते प्रभावित कर रहा सी। इसलिए पाश मार्क्सवादी विचारधारा दा चिंतन मंथन करदा होया इसनू अपनी कविता दा धुरा बनाउंदा है। ते उसदे तत्ते खून विच्चों उबलदी कविता पैदा हुई, जो कविता अपने सीने अंदर क्रांति की तड़प तांग समाजिक बराबरी की इच्छा ते लोटू समाज का तीबर विरोध करती सी। साहित्यक गतिविधियां दे नाल नाल पाश राजसी गतिविधियां विच भी सरगर्म हो गया। इन्हीं दिनी नकोदर विच एक पट्ठा मालक का कतल हो गया। पाश की किसी डायरी चिट्ठी ते मुलाकात चों उसके हथियारबंद होने की पुष्टि नहीं हुंदी। दोस्तों तद भी नक्सलबाड़ी लहर नाल जुड़े होने कारण पट्ठा मालक दे कतल पिछों 10 मई 1970 नूं पाश नूं गिरफ्तार कर लिया गया। फिर अगले साल सितंबर विच उसकी रिहाई संभव हो सकी। भावें कविता तो पाश पहला ही लिखता सी, पर जेल विच जाके उहदे मन विच इस भ्रिष्ट राजतंत्र बारे जो कड़वाहट ते गुस्सा पैदा होया, वह गुस्सा उहदी कविता विच भी उबड़न लगा। और वह जेल विच कवितावां लिखदा ते जेल अधिकारियों तो चोरी बाहर भेज दिंदा। और यह कवितावां मासिक पत्र हेम ज्योति विच छपण लगियां। उहदी कविता विचले विचार रोह ते रंज नवे मुहावरे विच ढल के सिस्टम उत्ते बेखौफ होके हमला कर रहे सी। उसकी कविता दे ओ पाठक जो सिस्टम दियां वधीकियां तो पोटा पोटा दुखी सन, पाश उन्हां दा चहेता ते लाडला कवि बन गया। उहदी हरेक नवी कविता दी उड़ीक होण लगी। अज तक कविता विच स्टेट नू सिद्धे मत्थे कोई शायर इस अंदाज विच कानू मुखातब होया सी। नवें शायरां दी शायरी भी उसके रंग विच घुलन लगी। चारे पासे पाश पाश होण लगी। पुलिस ने पाश नू छोटे गुसलखाने जिनी जिस चक्की विच बंद कीता सी। उहदे एक पासे प्रताप सिंह कैरों दा कातल सुचा सी ते दूजे पासे एक पाकिस्तानी समगलर। समगलर लई चक्की दियां कंधां इन्नियां डरावणियां सन कि उसने इन्हां विच मत्था मार मार के अपने आप नू इन्ना लहू लुहान कर लिया कि उसकी मौत हो गई। सुचा भी कविता लिखण दा शौकीन सी। सुचे ते पाश ने एक दूजे की शकल वेखे बिना एक दूजे नू रोशनदान राही अपनियां कवितावां सुनाउणियां शुरू कीतियां। जेल विच बंद होण दीआं होर भी गल्लां ने। एक थानेदार कविता लिखण दा शौकीन सी। उसने पाश नू अपने बराबर कुर्सी ते बिठा के अपनी कविता सुनाई कि हाए नी सज्जणी तेरी याद आउंदी ऐ, किवें दसां किन्नी तेरी याद आउंदी ऐ, याद तेरी तेनू मैनू बड़ा तड़पाउंदी ऐ, सोहणी नी तेरी बड़ी याद आउंदी ऐ। लो जी कविता सुना के उस थानेदार ने नाल ही पाश नू मत भी दित्ती कि तेनू भी इदां दी कविता लिखणी चाहीदी ऐ, तुसी लोक एवें रुलदे फिरदे हो, इनकलाब कदे किसी ने वेख्या है, जवानियां
रोलन की थां साडे वर्गा लिखो। पर पाश ने किसी वर्गा नहीं सी बनना, उसने तो अपने वर्गा आप बनना सी। नाजरीन असी दस रहे सी कि जेल विचों रिहा होण बाद पाश नक्सलवाड़ी लहर नाल जुड़िया साहित्यक अते राजसी गतिविधियां विच सरगर्म हो गया। पाश दा पहला काव्य संग्रह लोक कथा निरसंदेह उस दियां नक्सलवाड़ी लहर नाल जुड़िया गतिविधियां दा ही साहित्यक सिट्टा कहा जा सकता है। जदों पाश दियां कवितावां दी पहली किताब लोक कथा 1970 विच छपी, उस वेले पाश की उम्र अजे 20 साल तो भी घट सी। असल विच उसकी कविता ते उकसाऊ सुभा ते हथियारबंद लहर नाल हमदर्दी रखण करके ही पाश नूं झूठे कतल केस विच फसा दिता गया सी। पाश की प्रगतिवादी कविता विद्यार्थियों कम्यूनिस्टा अते खब्बे पक्षी बुद्धिजीवियों विच बहुत प्रसिद्ध हुई। जदों किसी समागम विच कविता सुनाउंदा तां चार चुफेरे ताड़ियां दी गड़गड़ाहट गूंजदी। पाश जिंदगी दियां तलख हकीकतां नाल खह के लंघदा रहा, हालतां नाल जूझदा रहा, समें नाल लड़दा रहा, चखड़ां हनेरियां विच भी चुराहे दीवा बालण दा हौसला रखदा रहा। यही सारा जीवन अनुभव अते दृष्टि उसकी कविता विच ढलदी रही, जिस करके उसकी कविता विलक्षण मौलिक ते सजरा मुहांदरा रखती है। कहा जा सकता है कि पाश नाबरी अते बराबरी दा शायर सी, जिसनू मानवी शान वाली जिंदगी जीवन की तीबर इच्छा सी। दोस्तों पाश की जिंदगी का 1972 तो 1975 तक का समा साहित्यक राजसी गतिविधियों नाल भरिया होया सी। 1972 विच पाश ने सियाड़ नाँ का परचा कढ़ना शुरू किया। इस वेले उसनू मोगा कांड विच गिरफ्तार कर लिया गया। 1973 विच सियाड़ परचा बंद हो गया ते 1974 विच पाश की दूजी काव्य पुस्तक उड़दे बाज़ां मगर छपी। मई 1974 विच हुई रेलवे हड़ताल दौरान पाश की गिरफ्तारी हुई। रिहा होकर हेम ज्योति की संपादकी की, कुछ समा देश प्रदेश लंडन का पत्र प्रेरक रहा। इस समय पाश ने मिलखा सिंह एथलीट की स्वै जीवनी फ्लाइंग सिख लिख के दिती। इस पुस्तक नू आधार बना के फिल्म भाग मिलखा भाग बनाई गई, जिसते मिलखा सिंह नू दोबारा जिउंदिया कर दिता। नाजरीन गल चल रही है इनकलाबी शायर पाश की। सितंबर 1978 नू पाश का तीजा ते आखिरी काव्य संग्रह साडे समयां विच शब्द है। गृहस्थी जीवन की गड्डी नू तोरन लई पाश ने 1979 विच गुवांडी पिंड उग्गी विच गुरु नानक नैशनल मॉडल स्कूल खोलिया। इसे साल उसने हथ लिखित परचा हाक कढ़ना शुरू किया। पर पाश पंजाब दे विगड़ रहे माहौल ते स्थितियां कारण ना स्कूल ही चला सकिया ते ना हाक परचे नू लगातार कढ़ सकिया। इस वेले तक नक्सलवाड़ी लहर पंजाब विच्चों विखरन लगी सी ते पाश दा इस तो मोह भंग हो चुका सी। दोस्तों इस तो बाद अगले सालां विच पंजाब दो तिरे आतंक की चक्की विच पिसन लगा। इस वेले 19 जनवरी 1982 नू पाश दे घर उसकी धी विंकल का जन्म होया, जिसने पाश दीयां जिम्मेदारियां नूं वधा दिता। अजिहे माहौल विच पाश अपने आप नूं असुरक्षित समझदा सी, पर फिर भी उसने जिंदगी का सामना किया, जिसका वर्णन उसकी डायरी विच कई थाई आउंदा है। वह दोस्तियां निभाउंदा, जिंदगी दीयां धुप्पां छावां हंडाउंदा, त्यौहार मनाउंदा, चिंतन करदा, वर्जिश करदा, घर दे फिकरां च रुझिया उम्र दे हर पल नाल खह के लंघदा। असल विच पाश भरपूर जिंदगी जीउण दा चाहवान सी। 1985 विच पंजाबी साहित्य अकैडमी ने पाश नूं एक साल की फैलोशिप दित्ती और पाश ने बाहरले देशों दीयां काफ़ी फेरियां लाइया। 1986 विच ओह अमरीका की फेरी उत्ते सी। इत्थों उसने एंटी 47 फ्रंट नामी परचा कढ़िया और आजाद दे नाल नाल क्रांति का सुपना लैन वाले पाश ने अपनी कविता विच सधारण लोकां पिंडां खेतां मजदूरां मजलूमां सियासी समाजिक ते धार्मिक गंधलेपन की गल प्रभावशाली ते जोशीले रूप में की। शायद इस करके वह कहिंदा है कि सब तो खतरनाक हुंदा है मुरदा शांति नाल भर जाना, ना होना तड़पदा सब सहन कर जाना, घरां तो निकलना कम ते
ਤੇ ਕੰਮ ਤੋਂ ਘਰ ਆ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ, ਸਾਡੇ ਸੁਪਨਿਆਂ ਦਾ ਮਰ ਜਾਣਾ। ਸੋ ਪਾਸ਼ ਲੋਕਾਂ ਦੀਆਂ ਅੱਖਾਂ ਵਿੱਚ ਨਵੇਂ ਭਵਿੱਖ ਦੇ ਸੁਪਨੇ ਬੀਜਣ ਵਾਲਾ ਮਹਾਨ ਸ਼ਾਇਰ ਸੀ। ਇਨਕਲਾਬੀ ਸੰਘਰਸ਼ ਪਾਸ਼ ਦੀ ਕਵਿਤਾ ਦਾ ਧੁਰਾ ਸੀ ਅਤੇ ਇਨਕਲਾਬ ਉਸਦੀ ਚਾਹ ਦਾ ਸਿਖਰ ਸੀ। ਯੁੱਧ ਉਸ ਲਈ ਕਵਿਤਾ, ਪਾਸ਼ ਕ੍ਰਾਂਤੀ ਦੀ ਆਵਾਜ਼ ਸੀ, ਇਤਿਹਾਸ ਦੀ ਆਵਾਜ਼ ਸੀ, ਸਮੇਂ ਦੀ ਆਵਾਜ਼ ਸੀ। ਪਾਸ਼ ਉਹਨਾਂ ਕਵੀਆਂ ਵਿੱਚੋਂ ਸੀ ਜਿਹੜੇ ਕੌਮਾਂ ਦੀ ਹੋਣੀ ਨੂੰ ਢਾਲਦੇ ਨੇ, ਜਿਨ੍ਹਾਂ ਦੀ ਕਲਮ ਲੋਕਾਂ ਦੀ ਆਵਾਜ਼ ਬਣਦੀ ਹੈ। ਪਾਸ਼ ਦੀ ਕਵਿਤਾ ਆਮ ਲੋਕਾਂ ਦੇ ਹਿੱਤਾਂ ਦੀ ਕਵਿਤਾ ਹੈ। ਇਸ ਲਈ ਰਾਜਸੀ ਆਗੂਆਂ ਦੇ ਪੈਂਤੜਿਆਂ ਤੋਂ ਦੁਖੀ ਹੋਇਆ ਪਾਸ਼ ਲਿਖਦਾ ਹੈ ਕਿ ਮੈਨੂੰ ਦੇਸ਼ ਧਰੋਹੀ ਕਿਹਾ ਜਾਂਦਾ ਹੈ, ਪਰ ਮੈਂ ਸਾਰਿਆਂ ਨੂੰ ਕਹਿੰਦਾ ਕਿ ਦੇਸ਼ ਮੇਰਾ ਨਹੀਂ ਹੈ, ਇਹ ਤਾਂ ਮੁੱਠੀ ਭਰ ਲੋਕਾਂ ਦਾ ਹੈ ਅਤੇ ਅਸੀਂ ਸਾਰੇ ਆਦਮੀ ਨਹੀਂ ਸਿੱਧੇ ਪਸ਼ੂ ਹਾਂ, ਅਤੇ ਉਹ ਵੀ ਪਾਲਤੂ ਪਸ਼ੂ। ਇੱਕ ਤਾਂ ਪਾਸ਼ ਇਹ ਵੀ ਕਹਿੰਦਾ ਹੈ ਕਿ ਇੱਥੇ ਵੋਟਰਾਂ ਨੂੰ ਕੱਟੜਵਾਦ ਦਾ ਪਾਠ ਪੜ੍ਹਾਇਆ ਜਾਂਦਾ ਹੈ, ਘੱਟ ਗਿਣਤੀ ਧਰਮ ਦੇ ਲੋਕਾਂ ਨੂੰ ਹਿੰਦੂ ਧਰਮ ਦਾ ਘਾਹ ਵਿਖਾਇਆ ਜਾਂਦਾ ਹੈ, ਖਤਰੇ ਵਾਲਾ ਬਿਗਲ ਵਜਾਇਆ ਜਾਂਦਾ ਹੈ, ਕਸਮਾਨ ਮਚਾਇਆ ਜਾਂਦਾ ਹੈ। ਇੱਥੋਂ ਤੱਕ ਕਿ ਵੋਟਾਂ ਦੀ ਇਸ ਖੇਡ ਵਿੱਚ ਆਪਣੀ ਧਾਕ ਜਮਾਉਂਦੇ ਖੂਨੀ ਖੇਡ ਖੇਡਣ ਵਾਲੇ ਆਗੂ ਲੋਕਾਂ ਦੀ ਪਿੱਠ 'ਤੇ ਅਗਲੇ ਕਈ ਸਾਲਾਂ ਲਈ ਕੁਰਸੀ ਟਿਕਾ ਕੇ ਬੈਠ ਜਾਂਦੇ ਨੇ। ਅਸੀਂ ਤਾਂ ਦੇਸ਼ ਨੂੰ ਸਮਝੇ ਸੀ ਘਰ ਵਰਗੀ ਪਵਿੱਤਰ ਸ਼ੈ, ਅਸੀਂ ਤਾਂ ਦੇਸ਼ ਨੂੰ ਸਮਝੇ ਸੀ ਜੱਫੀ ਵਰਗੇ ਇੱਕ ਅਹਿਸਾਸ ਦਾ ਨਾਂ। ਪਰ ਜੇ ਦੇਸ਼ ਰੂਹ ਦੀ ਵੰਗਾਰ ਦਾ ਕੋਈ ਕਾਰਖਾਨਾ ਹੈ, ਪਰ ਜੇ ਦੇਸ਼ ਉੱਲੂ ਬਣਨ ਦਾ ਪ੍ਰਯੋਗ ਘਰ ਹੈ ਤਾਂ ਸਾਨੂੰ ਉਸ ਤੋਂ ਖਤਰਾ ਹੈ। ਪਾਸ਼ ਖੇਤਾਂ ਦਾ ਪੁੱਤ ਸੀ, ਜਿੱਥੇ ਫਸਲਾਂ ਉੱਗਦੀਆਂ ਨੇ, ਜਿੱਥੇ ਡਾਕੇ ਪੈਂਦੇ ਨੇ, ਜਿੱਥੇ ਸੰਨਾਂ ਲੱਗਦੀਆਂ ਨੇ। ਖੇਤਾਂ ਦੇ ਇਸ ਪੁੱਤ ਦਾ ਲਹੂ ਉਸਦੇ ਖੇਤਾਂ ਵਿੱਚ ਡੁੱਲ ਕੇ ਉਸ ਮਿੱਟੀ ਨੂੰ ਸਦਾ ਸੁਹਾਗਣ ਕਰ ਗਿਆ। ਇਸ ਲਹੂ ਉਹਦੀਆਂ ਕਵਿਤਾਵਾਂ ਦੀਆਂ ਅੱਖਾਂ ਵਿੱਚੋਂ ਹਮੇਸ਼ਾ ਡਲਕਦਾ ਰਹੇਗਾ। ਦੋਸਤੋ, ਨਾਜ਼ਰੀਨ, ਅੱਜ ਅਸੀਂ ਇਨਕਲਾਬੀ ਕਵੀ ਪਾਸ਼ ਬਾਰੇ ਗੱਲਬਾਤ ਕਰ ਰਹੇ ਹਾਂ। ਪਾਸ਼ ਜੁਝਾਰ ਵਿਰੋਧੀ ਸਾਹਿਤ ਧਾਰਾ ਦਾ ਇੱਕ ਨਿਵੇਕਲਾ ਕਵੀ ਸੀ, ਜਿਸ ਦੀ ਸ਼ਾਇਰੀ ਵਿੱਚ ਅਨੇਕਾਂ ਉਤਾਰ ਚੜ੍ਹਾਏ, ਪਰੰਤੂ ਇੱਕ ਤੰਦ ਲਗਾਤਾਰ ਕਾਇਮ ਰਹੀ, ਉਸੇ ਗਲਤ ਵਰਤਾਰੇ ਵਿਰੁੱਧ ਹਮੇਸ਼ਾ ਸੰਘਰਸ਼ ਕਰਨਾ, ਇਹ ਉਸਦੀ ਨਿਵੇਕਲੀ ਕਾਵਿ ਦ੍ਰਿਸ਼ਟੀ ਦਾ ਨਤੀਜਾ ਸੀ ਕਿ ਉਸਦੀ ਕਵਿਤਾ ਅੱਜ ਵੀ ਭੀੜ ਭੜੱਕੇ ਦੇ ਕਾਵਿ ਜਗਤ ਵਿੱਚ ਸਭ ਤੋਂ ਉੱਚੀ ਖੜੀ ਦਿਸਦੀ ਹੈ। ਨਕਸਲੀ ਅੰਦੋਲਨ ਦੌਰਾਨ ਪੰਜਾਬ ਵਿੱਚ ਸ਼ਾਇਰੀ ਅੱਗ ਉਗਲ ਰਹੀ ਸੀ, ਪਰ ਇਸ ਅੰਦੋਲਨ ਦੇ ਖਤਮ ਹੋਣ ਨਾਲ ਨਾਲ ਬਹੁਤੇ ਸ਼ਾਇਰਾਂ ਦੀ ਸ਼ਾਇਰੀ ਵੀ ਖਤਮ ਹੋ ਗਈ ਸੀ। ਪਰ ਪਾਸ਼ ਨੇ ਆਪਣੀ ਕਵਿਤਾ ਨੂੰ ਅਜੀਬ ਵਿਲੱਖਣਤਾ ਅਤੇ ਮੌਲਿਕਤਾ ਨਾਲ ਪੇਸ਼ ਕਰਕੇ ਸਦਾ ਵਾਸਤੇ ਜਿਉਂਦੀ ਕਰ ਦਿੱਤਾ। ਪਾਸ਼ ਨੇ ਕਦੀ ਲਿਖਿਆ ਸੀ ਕਿ ਜਿਨ੍ਹਾਂ ਨੇ ਤੱਕੀਆਂ ਨੇ ਕੋਠਿਆਂ 'ਤੇ ਸੁੱਕਦੀਆਂ ਸੁਨਹਿਰੀ ਛੱਲੀਆਂ, ਜਿਨ੍ਹਾਂ ਨੇ ਤੱਕੀਆਂ ਏ ਕੋਠਿਆਂ 'ਤੇ ਸੁੱਕਦੀਆਂ ਸੁਨਹਿਰੀ ਛੱਲੀਆਂ, ਪਰ ਨਹੀਂ ਤੱਕੇ ਮੰਡੀਆਂ 'ਚ ਸੁੱਕਦੇ ਪਾ, ਜੱਟਾਂ ਦੀ ਸੁੱਕਦੀ ਜਾਨ। ਉਹ ਨਹੀਂ ਸਮਝ ਸਕਦੇ ਕਿ ਕੀ ਰਿਸ਼ਤਾ ਏ ਦਿੱਲੀ ਦੀ ਹੁਕਮਰਾਨ ਔਰਤ ਦਾ ਪੈਰੋਂ ਨੰਗੀ ਉਸ ਸੋਹਣੀ ਕੁੜੀ ਦੇ ਨਾਲ, ਉਹ ਨਹੀਂ ਸਮਝ ਸਕਦੇ। ਦੋਸਤੋ, ਆਪਰੇਸ਼ਨ ਬਲੂ ਸਟਾਰ ਦੀ ਜ਼ਿੰਮੇਵਾਰ ਦਿੱਲੀ ਦੀ ਉਸ ਹੁਕਮਰਾਨ ਔਰਤ ਦੀ ਮੌਤ ਤੋਂ ਬਾਅਦ ਸਿੱਖਾਂ ਦਾ ਜੋ ਕਤਲੇਆਮ ਹੋਇਆ ਅਤੇ ਬਾਕੀ ਸਾਰਾ ਭਾਰਤ ਜਿਵੇਂ ਉਹਦੀ ਮੌਤ ਦੇ ਸੋਗ ਵਿੱਚ ਡੁੱਬ ਗਿਆ, ਤਾਂ ਇਹ ਪਾਸ਼ ਹੀ ਸੀ ਜਿਸ ਨੇ ਬੇਦਖਲੀ ਦਾ ਬਿਨੇ ਪੱਤਰ ਵਰਗੀ ਕਵਿਤਾ ਲਿਖ ਕੇ ਕਿਹਾ ਕਿ ਜੇ ਉਸਦੇ ਸੋਗ ਵਿੱਚ ਸਾਰਾ ਹੀ ਭਾਰਤ ਸ਼ਾਮਿਲ ਹੈ ਤਾਂ ਮੇਰਾ ਨਾਂ ਇਸ ਭਾਰਤ ਵਿੱਚੋਂ ਕੱਟ ਦਿਓ। ਇਹ ਵੀ ਪਾਸ਼ ਹੀ ਸੀ ਜਿਹੜਾ ਇਹ ਲਿਖ ਸਕਦਾ ਸੀ ਕਿ ਮੇਰਾ ਉਸ ਭਾਰਤ ਨਾਲ ਕੋਈ ਰਿਸ਼ਤਾ ਨਹੀਂ ਜੋ ਧਨੀਆਂ ਅਤੇ ਰਾਜਿਆਂ ਦਾ ਭਾਰਤ ਹੈ, ਮੈਂ ਤਾਂ ਕਿਰਤੀਆਂ ਕਾਮੀਆਂ ਦੇ ਦੁੱਖ ਦਾ ਬਗਾਵਤ ਵਿੱਚ ਖੌਲ ਰਿਹਾ ਉਹ ਭਾਰਤ ਹਾਂ ਜੋ ਮੀਸ ਨੇ ਪਾਇਲਟ ਦੀਆਂ ਅੱਖਾਂ ਵਿੱਚ ਰੜਕਦਾ ਹੈ। ਦੂਜੇ ਪਾਸੇ ਉਹ ਅੰਨੇ ਜਨੂੰਨ ਦੀਆਂ ਅੱਖਾਂ ਵਿੱਚ ਵੀ ਰੜਕਦਾ ਸੀ, ਉਸਦੀ ਜਾਨ ਨੂੰ ਚਾਰੇ ਪਾਸੇ ਤੋਂ ਖਤਰਾ ਤਾਂ ਹੋਣਾ ਹੀ ਹੋਣਾ ਸੀ। ਅਜਿਹੀ ਬੇਮਿਸਾਲ ਜ਼ੁਰਤ ਵਾਲੇ ਅਤੇ ਜ਼ਿੰਦਗੀ ਨੂੰ ਰੱਜ ਕੇ ਪਿਆਰ ਕਰਨ ਵਾਲੇ ਅਵਤਾਰ ਪਾਸ਼ ਨੂੰ ਵੀ ਜਿਵੇਂ ਆਪਣੇ ਕਤਲ ਦਾ ਪਹਿਲਾਂ ਤੋਂ ਅੰਦਾਜ਼ਾ ਹੋਵੇ, ਇਸ ਗੱਲ ਦਾ ਪਤਾ ਉਹਨਾਂ ਦੀਆਂ ਇਹਨਾਂ ਲਾਈਨਾਂ ਤੋਂ ਲਗਾਇਆ ਜਾ ਸਕਦਾ ਹੈ ਕਿ ਮੈਂ ਸੁਣਿਆ ਹੈ ਕਿ ਮੇਰੇ ਕਤਲ ਦਾ ਮਨਸੂਬਾ ਰਾਜਧਾਨੀ ਵਿੱਚ ਮੇਰੇ ਜੰਮਣ ਤੋਂ ਪਹਿਲਾਂ ਬਣ ਚੁੱਕਾ ਸੀ। ਦੋਸਤੋ, ਹਰ ਸਾਲ ਸਤੰਬਰ ਅਤੇ ਮਾਰਚ ਮਹੀਨੇ ਪਾਸ਼ ਨੂੰ ਯਾਦ ਕਰਕੇ ਫਿਰ ਸਾਲ ਭਰ ਲਈ ਅਸੀਂ ਚੁੱਪ ਹੋ ਜਾਂਦੇ ਹਾਂ ਤਾਂ ਸੁਰਖਰੂ ਹੋਏ ਮਹਿਸੂਸ ਕਰਦੇ ਹਾਂ, ਪਰ ਜਦ ਤੱਕ ਸੰਘਰਸ਼ ਹੈ ਉਸਦੀ ਕਵਿਤਾ ਪੜ੍ਹੀ ਜਾਂਦੀ ਰਹੇਗੀ ਅਤੇ ਪਾਸ਼ ਦੇ ਸਦਕ ਦੇ ਗੀਤ ਵੀ ਫਿਜ਼ਾ ਵਿੱਚ ਗੂੰਜਦੇ ਰਹਿਣਗੇ। ਸੋ ਅੱਜ ਲਈ ਬਸ ਇੰਨਾ ਹੀ ਸਵੀਕਾਰ ਕਰੋ,
मैनु दिओ इजाजत। तुहाडे सभना लई ढेर सारियां दुआवां ते शुभ शामां। वेखते रहो प्राइमेशिया टीवी, तुहाडा अपना तुहाडे लई।